ਲਿਆਵੋ ਐਸ ਐਸ ਜੈਨ ਸਭਾ ਦੇ ਅਧੀਨ ਚੱਲ ਰਹੇ ਤਿੰਨ ਸਕੂਲ ਸਾਡੇ ਜੁਆਇੰਟਲੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਜਿਹੜਾ 7 ਅਕਤੂਬਰ 2018 ਦੋ ਦਿਨਾਂ ਬਾਅਦ ਸੰਡੇ ਨੂੰ ਸ਼੍ਰੀ ਪਾਰਵਤੀ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਂਗਣ ਦੇ ਵਿੱਚ ਹੋਣ ਜਾ ਰਿਹਾ ਹੈ। ਇਹਦੇ ਵਿੱਚ ਸਾਡੇ ਸਮਾਜ ਦੇ ਸਤਪਾਲ ਜੈਨ ਜਿਹੜਾ ਬਸਤੀ ਵਾਲੇ ਪਰਿਵਾਰ ਹੈਗਾ ਉਹਨਾਂ ਨੂੰ ਚੀਫ ਗੈਸਟ ਬਣਾਇਆ ਹੈ। ਉਹਨਾਂ ਦੇ ਕਰ ਕਮਲਾਂ ਨਾਲ ਇਹਦੀ ਸ਼ੁਭਾਰੰਭ ਹੋਏਗੀ। ਸਕੂਲ ਦੇ ਫੰਕਸ਼ਨ ਵਿੱਚ 6 ਸਾਲਾਂ ਦੇ ਵਿੱਚ ਜਿਹੜਾ ਕਿ ਮੇਰੇ ਨੇਤਰ ਵਿੱਚ ਮੈਨੂੰ 2 ਵਾਰੀ ਮੌਕਾ ਮਿਲਿਆ ਪ੍ਰਧਾਨ ਮੰਤਰੀ ਦਾ, ਅਤੇ 6 ਸਾਲਾਂ ਦੀ ਗਤੀਵਿਧੀਆਂ ਸਕੂਲਾਂ ਵਿੱਚ ਕੀ ਕੀਤਾ ਅਸੀਂ, ਕੀ ਇੰਪਰੂਵਮੈਂਟ ਹੋਈ, ਨਵੇਂ ਸਕੂਲ ਬਾਰੇ ਜਗ੍ਹਾ ਲਿੱਤੀ, ਉਹ ਸਾਰੇ ਕਾਰਵਾਈ ਜਿਹੜੀ ਹੈ ਇਹ ਸਾਡੀ ਇਤਵਾਰ ਨੂੰ ਸਮਾਰੋਹ ਦੇ ਵਿੱਚ ਇਹਨੂੰ ਦੱਸਿਆ ਜਾਏਗਾ। ਇਹਦੇ ਵਿੱਚ 11 ਸਿੱਕੇ ਗੋਲਡ ਦੇ ਔਰ ਲੱਕੀ ਕੂਪਨ ਲੱਕੀ ਨਿਕਾਲੇ ਜਾਣਗੇ, ਅਤੇ ਪੰਕਚੁਐਲਿਟੀ ਗਰੁੱਪ ਜਿਹੜਾ ਹੈ ਉਹ 2 LED ਰੱਖੀ ਗਈ ਹੈ। ਸਾਡੇ ਐਸ ਐਸ ਜੈਨ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਰਕੇਸ਼ ਜੀ, ਮੇਰੇ ਨਾਲ ਮਹਾਂਮੰਤਰੀ ਯੋਗੇਸ਼ ਜੀ, ਹੋਰ ਸਾਡੇ ਸਾਰੇ ਸਾਥੀ ਜਿਹੜੇ ਹੈ ਇਹਦੀ ਫੰਕਸ਼ਨ ਦੇ ਵਿੱਚ, ਸਾਰਾ ਸਮਾਜ ਮੰਤਰੀ ਦਾ ਹੈ। ਉਸ ਸਮਾਰੋਹ ਦੇ ਬਾਅਦ ਸਭ ਦੀ ਖਾਣ ਪੀਣ ਦੀ ਵਿਵਸਥਾ ਉੱਥੇ ਕੀਤੀ ਗਈ ਹੈ, ਅਤੇ ਸਵੇਰੇ 10:15 ਵਜੇ ਪੰਕਚੁਐਲਿਟੀ ਰੱਖੀ ਗਈ ਹੈ ਜਿਹੜੀ 11:15 'ਤੇ ਚੱਲੇਗੀ। ਜਿਹੜੇ ਲੋਕ ਅੱਧੇ ਘੰਟੇ ਵਿੱਚ ਅੱਜ ਸ਼ਾਮਿਲ ਹੋਣਗੇ ਉਹਨਾਂ ਨੂੰ ਪੰਕਚੁਐਲਿਟੀ ਕੂਪਨ ਦਿੱਤੇ ਜਾਣਗੇ, ਜਿਹਦੇ ਵਿੱਚ 2 LED 24 ਇੰਚੀ ਕੱਢੀ ਜਾਣਗੀਆਂ। ਮੈਂ ਸਮਾਜ ਵੱਲੋਂ ਇੱਕ ਵਾਰ ਮੀਡੀਆ ਦਾ ਤੁਹਾਡਾ ਸਭ ਦਾ ਧੰਨਵਾਦ ਹਾਂ ਕਿ ਆਣ ਕੇ ਤੁਸੀਂ ਇੱਥੇ ਆਓ ਅਤੇ ਇਹਦੀ ਸਾਰੀ ਫੰਕਸ਼ਨ ਦੀ ਗਰਮੀ ਨੂੰ ਬਣਾਓ। ਧੰਨਵਾਦ।